ਬਾਲੀਵੁੱਡ ਤੋਂ ਸਿਆਸਤ ਵਿੱਚ ਆਏ ਅਭਿਨੇਤਾ ਸਨੀ ਦਿਓਲ ਦਾ ਅੱਜ ਭਿਆਨਕ ਹਾਦਸਾ ਹੋਣ ਤੋਂ ਬਚ ਗਿਆ। ਦਰਅਸਲ ਗੁਰਦਾਸਪੁਰ ਅੰਮ੍ਰਿਤਸਰ ਹਾਈਵੇ ਤੇ ਸਥਿਤ ਪਿੰਡ ਸੋਹਲ ਦੇ ਨੇੜੇ ਸਨੀ ਦਿਓਲ ਦੀ ਗੱਡੀ ਅਤੇ ਨਾਲ ਚੱਲ ਰਹੇ ਸਨੀ ਦਿਓਲ ਦੇ ਕਾਫਲੇ ਦੀਆਂ ਗੱਡੀਆਂ ਵੀ ਆਪਸ ਵਿੱਚ ਟਕਰਾ ਗਈਆਂ। ਹਾਦਸੇ ਵਿੱਚ ਸਨੀ ਦੀ ਕਾਰ ਡਿਵਾਈਡਰ ਨਾਲ ਟਕਰਾ ਗਈ ਤੇ ਸਨੀ ਦੀ ਕਾਰ ਦਾ ਟਾਇਰ ਫਟ ਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿੱਚ ਸਨੀ ਦਿਓਲ ਬਾਲ ਬਾਲ ਬਚ ਗਏ। ਅੱਜ ਬੀਜੇਪੀ ਦੇ ਕੈਂਡੀਡੇਟ ਸੀ ਸੰਨੀ ਦਿਓਲ ਜੀ ਆਪਣੇ ਰੋਡ ਸ਼ੋਅ ਦੇ ਸੰਬੰਧ ਵਿੱਚ ਗੁਰਦਾਸਪੁਰ ਤੋਂ ਫਤਿਹਗੜ੍ਹ ਟੂਰੀਆਂ ਜਾ ਰਹੇ ਸੀ ਅਤੇ ਸੋਹਲ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੱਡੀ ਦਾ ਅਗਲਾ ਟਾਇਰ ਅਚਾਨਕ ਫਟ ਗਿਆ। ਟਾਇਰ ਫਟਣ ਕਾਰਨ ਇੱਕਦਮ ਬ੍ਰੇਕਾਂ ਲੱਗਣ ਕਾਰਨ ਚਾਰ ਗੱਡੀਆਂ ਆਪਸ ਵਿੱਚ ਟਕਰਾ ਗਈਆਂ। ਕਿਸੇ ਦੇ ਕੋਈ ਸੱਟ ਚੋਟ ਨਹੀਂ ਲੱਗੀ, ਦੋ ਗੱਡੀਆਂ ਦਾ ਥੋੜ੍ਹਾ ਜ਼ਿਆਦਾ ਨੁਕਸਾਨ ਹੋਇਆ। ਸੰਨੀ ਦਿਓਲ ਜੀ ਬਿਲਕੁਲ ਠੀਕ ਠਾਕ ਹੈ, ਗੱਡੀ ਨੂੰ ਵੀ ਮਾਮੂਲੀ ਨੁਕਸਾਨ ਪਹੁੰਚਿਆ ਅਤੇ ਉਹ ਆਪਣੇ ਰੋਡ ਸ਼ੋਅ ਵਾਸਤੇ ਉੱਥੇ ਤੁਰੰਤ ਚੱਲ ਪਏ। ਗੁਰਦਾਸਪੁਰ ਕੇ ਪਾਸ ਸੋਹਲ ਗਾਓਂ ਮੇ सन्नी देओल जी की गाड़ी दुर्घटनाग्रस्त हुई है, लेकिन भगवान की कृपा से उसमें किसी को कोई खास चोट नहीं लगी है। दो गनमैन मामूली जख्मी हुए हैं। टायर ब्लास्ट होने के बाद वो गाड़ी डिवाइडर पर चढ़ गई थी, लेकिन वाहेगुरु की कृपा से किसी को कोई ज़्यादा चोट नहीं आई है और सन्नी देओल जी पूर्ण रूप से स्वस्थ हैं, पूर्ण रूप से ठीक हैं। मैं इस इलाके की जनता को ये जानकारी दे रहा, लेकिन सन्नी देओल जी वाहेगुरु जी की कृपा नाल बिल्कुल ठीक ठाक।